ਹਾਂ ਬਟ ਉਹ ਚੰਗਾ ਮੁੰਡਾ ਹੈਗਾ, ਕਿਤੇ ਨਾ ਕਿਤੇ ਹੋ ਸਕਦਾ ਗਿਲਾ ਸ਼ਿਕਵਾ ਵੀ ਹੋਵੇ, ਪਰ ਕਮੀ ਹਰ ਘਰ ਦੇ ਵਿੱਚ ਹੁੰਦੀ ਆ। ਪਰ ਅੱਜ ਜੋ ਹਾਲਾਤ ਹੈਗੇ ਆ, ਅੱਜ ਅਸੀਂ ਇਹ ਜਿਹੜੀ ਲੜਾਈ ਆ ਇਹ 1 ਜੂਨ ਤੋਂ ਬਾਅਦ ਲੜਨਾ। ਦੇਖੋ ਬੰਦੇ ਚਲੇ ਜਾਂਦੇ ਆ ਸਮੇਂ ਸਮੇਂ 'ਤੇ, ਬੰਦਿਆਂ ਦੀ ਕਈ ਵਾਰ ਫਰਕ ਨਹੀਂ ਸਮਝੇ, ਨਹੀਂ ਫਰਕ ਪੈਂਦਾ, ਮੈਂ ਨਹੀਂ ਕਹਿੰਦਾ ਵੀ ਨਹੀਂ ਪੈਂਦਾ। ਕਾਂਗਰਸ ਦਾ ਇੱਕ ਵੱਡਾ ਚਿਹਰਾ ਨੇ ਪ੍ਰਗਟ ਸਿੰਘ ਔਰ ਅੱਜ ਇੱਕ ਵੱਡਾ ਬਿਆਨ ਦੇ ਗਏ ਕਿ ਬੀਜੇਪੀ ਅਤੇ ਆਪ ਦੀ ਵਿਚਾਰਧਾਰਾ ਇੱਕੋ ਹੀ ਹੈ। ਪ੍ਰਗਟ ਸਿੰਘ ਜੀ ਜੇ ਗੱਲ ਕਰੀਏ ਤਾਂ ਸੈਂਟਰ 'ਤੇ ਤੁਸੀਂ ਦੇਖਿਆ ਗੱਠਜੋੜ, ਔਰ ਮਨੀਸ਼ ਤਿਵਾੜੀ ਜੀ ਨੂੰ ਤੁਸੀਂ ਚੰਡੀਗੜ੍ਹ ਤੋਂ ਟਿਕਟ ਦਵਾਈ ਹੈ, ਇੱਕੋ ਥਾਲੀਆਂ 'ਚ ਕਿਤੇ ਖਾਇਆ ਜਾ ਰਿਹਾ ਦੋਨੇ ਪਾਰਟੀਆਂ ਦੇ ਵੱਲੋਂ, ਅਤੇ ਕਿਤੇ ਇੱਕ ਦੂਜੇ ਦੀਆਂ ਬੁਰਕੀਆਂ ਵੀ ਖੋਹੀਆਂ ਜਾ ਰਹੀਆਂ। ਨਹੀਂ ਦੇਖੋ ਵਿਚਾਰਧਾਰਾ, ਮੈਂ ਪੰਜਾਬ ਦੇਖੋ, ਮੈਂ ਗੱਲ ਬੜੀ ਕਲੀਅਰ ਕੀਤੀ ਆ ਕਿ ਦੇਸ਼ ਦੇ ਸੰਦਰਭ ਦੇ ਵਿੱਚ ਪੰਜਾਬ ਦਾ ਕੀ ਰੋਲ ਹੋਣਾ ਚਾਹੀਦਾ, ਔਰ ਜਿੱਥੋਂ ਤੱਕ ਪੰਜਾਬ ਦਾ ਰੋਲ ਹੈ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਅਲਾਇੰਸ ਨਹੀਂ ਕੀਤੀ, ਔਰ ਨਾ ਕਿਉਂਕਿ ਉਹਨਾਂ ਦੀਆਂ ਪੋਲਿਸੀਜ਼ ਜਿਹੜੀਆਂ ਉਹ ਬੀਜੇਪੀ ਨਾਲ ਬਿਲਕੁਲ ਮੇਲ ਖਾਂਦੀਆਂ। ਸੋ ਇਸ ਕਰਕੇ ਮੈਂ ਉਸ ਨਜ਼ਰੀਏ ਨਾਲ ਜਿਹੜਾ ਇਹਨੂੰ ਦੇਖਦਾ ਹੈਗਾ, ਔਰ ਪੰਜਾਬ ਦੀ ਅਸੀਂ ਡੈਮੋਕ੍ਰੇਸੀ ਨੂੰ ਹੁਣ ਤੱਕ ਸੇਵ ਕਰਨ ਦੇ ਵਿੱਚ ਕਾਮਯਾਬ ਵੀ ਹੋਏ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜਿਹੜਾ ਚੰਗੇ ਪਾਸੇ ਨੂੰ ਲੈ ਕੇ। ਕੀ ਲੱਗਦਾ ਕਿ ਹੁਣ ਤੱਕ ਕਾਂਗਰਸ ਦਲ ਬਦਲੂਆਂ ਅਤੇ ਮੌਕਾ ਪ੍ਰਸਤਾਂ ਦੇ ਨਾਲ ਭਰੀ ਹੋਈ ਸੀ, ਜਿਹੜੇ ਛੱਡ ਕੇ ਗਏ ਨੇ, ਚਾਹੇ ਉਹ ਪ੍ਰਨੀਤ ਕੌਰ ਜੀ ਹੋਣ, ਚਾਹੇ ਚੱਬੇਵਾਲ ਹੋਣ, ਚਾਹੇ ਦਲਬੀਰ ਗੋਲਡੀ ਹੋਣ, ਕੀ ਕਮੀਆਂ ਸੀਗੀਆਂ? ਫਿਰ ਵੀ ਕਮੀ ਕਿਸੇ ਪਾਰਟੀ ਦੇਖੋ, ਹੋ ਸਕਦਾ ਕਿਤੇ ਨਾ ਕਿਤੇ ਕੋਈ ਜਿਹੜੀ ਆ ਕਿਤੇ ਲੀਡਰਸ਼ਿਪ ਦੇ ਵਿੱਚ ਕਮੀ ਹੋਵੇ, ਪਰ ਕਮੀ ਹਰ ਘਰ ਦੇ ਵਿੱਚ ਹੁੰਦੀ ਆ। ਪਰ ਅੱਜ ਜੋ ਹਾਲਾਤ ਹੈਗੇ ਆ, ਅੱਜ ਅਸੀਂ ਇਹ ਜਿਹੜੀ ਲੜਾਈ ਆ ਇਹ 1 ਜੂਨ ਤੋਂ ਬਾਅਦ ਲੜ ਲਾਂਗੇ, ਲੇਕਿਨ ਅੱਜ ਸਾਨੂੰ ਬੇਸਿਕਲੀ ਇਕੱਠੇ ਹੋ ਕੇ ਜਿਹੜੀ ਦੇਸ਼ ਦੀ ਰਾਜਨੀਤੀ ਨੇ ਜਿਹੜੇ ਪਾਸੇ ਨੂੰ ਕਰਵਟ ਲੈਣੀ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਉਣਾ। ਪ੍ਰਗਟ ਸਿੰਘ ਜੀ, ਤੁਹਾਡੇ ਹਿਸਾਬ ਦੇ ਨਾਲ ਸਭ ਤੋਂ ਵੱਡਾ ਲੌਸ ਕਦੋਂ ਹੋਇਆ ਸੀ ਪਾਰਟੀ ਨੂੰ, ਕਿਹਦੇ ਛੱਡਣ ਦੇ ਨਾਲ? ਚੱਬੇਵਾਲ ਸਾਹਿਬ ਦੇ, ਪ੍ਰਨੀਤ ਕੌਰ ਜੀ ਦੇ, ਹੁਣੇ ਹੁਣੇ ਦਲਬੀਰ ਗੋਲਡੀ ਨੇ ਪਾਰਟੀ ਛੱਡੀ ਔਰ ਆਪ ਦਾ ਹੱਥ ਫੜੇ। ਦੇਖੋ ਜਿਹੜਾ ਬੰਦੇ ਚਲੇ ਜਾਂਦੇ ਆ ਸਮੇਂ ਸਮੇਂ 'ਤੇ, ਬੰਦਿਆਂ ਦੀ ਕਈ ਵਾਰ ਫਰਕ ਨਹੀਂ ਸਮਝੇ, ਨਹੀਂ ਫਰਕ ਪੈਂਦਾ, ਮੈਂ ਨਹੀਂ ਕਹਿੰਦਾ ਵੀ ਨਹੀਂ ਪੈਂਦਾ, ਪਰ ਉਹਨਾਂ ਦਾ ਨਜ਼ਰੀਆ ਹੈਗਾ ਕਿਉਂਕਿ ਕਿਸੇ ਨਾ ਕਿਸੇ ਨੇ ਉਹਦੀ ਜਗ੍ਹਾ ਲੈਣੀ ਹੁੰਦੀ ਆ। ਟਿਕਟ ਕਿਉਂ ਨਹੀਂ ਦਿੱਤੀ ਦਲਬੀਰ ਗੋਲਡੀ? ਕੀ ਡਿਜ਼ਰਵਿੰਗ ਨਹੀਂ ਸੀ ਉਹ? ਨਹੀਂ ਦੇਖੋ, ਇਹ ਤਾਂ ਲੀਡਰਸ਼ਿਪ ਨੂੰ ਤੁਸੀਂ ਪੁੱਛ ਸਕਦੇ ਆ, ਸਾਡੇ ਪ੍ਰਧਾਨ ਸਾਹਿਬ ਨੂੰ ਜਾਂ LOP ਨੂੰ ਪੁੱਛ ਸਕਦੇ ਆ ਉਹਦੇ ਬਾਰੇ, ਮੈਂ ਕਿਉਂਕਿ ਜਾਂ ਸਾਡੀ ਜਿਹੜੀ ਹਾਈ ਕਮਾਂਡ ਆ ਉਹਨਾਂ ਨੂੰ ਪੁੱਛ ਸਕਦੇ ਆ, ਉਹਦੇ ਲਈ ਮੈਂ ਨਹੀਂ ਆਨਸਰ ਕਰ ਸਕਦਾ। ਹਾਂ ਬਟ ਉਹ ਚੰਗਾ ਮੁੰਡਾ ਹੈਗਾ, ਕਿਤੇ ਨਾ ਕਿਤੇ ਹੋ ਸਕਦਾ ਗਿਲਾ ਸ਼ਿਕਵਾ ਵੀ ਹੋਵੇ, ਪਰ ਮੈਂ ਇਸੇ ਕਰਕੇ ਕਹਿ ਰਿਹਾ ਵੀ ਗਿਲੇ ਸ਼ਿਕਵਿਆਂ ਦੇ ਹੁੰਦੇ ਹੋਏ ਵੀ ਸਾਨੂੰ, ਮੈਨੂੰ ਲੱਗਦਾ ਦੇਸ਼ ਦੀ ਰਾਜਨੀਤੀ ਨੂੰ ਆਪਣੇ ਮੱਦੇਨਜ਼ਰ ਸਾਨੂੰ ਇਕੱਠੇ ਹੋ ਕੇ ਉਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ। ਵਿਰੋਧੀ ਕਹਿੰਦੇ ਨੇ ਕਾਂਗਰਸ ਦੀ ਬਹੁਤ ਮਾੜੀ ਸਥਿਤੀ ਹੈ ਇਸ ਵੇਲੇ ਪੰਜਾਬ ਦੇ ਵਿੱਚ, ਤੁਸੀਂ ਕਾਂਗਰਸ ਦੀ ਸਥਿਤੀ ਨੂੰ ਕਿਵੇਂ ਦੇਖਦੇ? ਵਿਰੋਧੀ ਤਾਂ ਬਹੁਤ ਕੁਝ ਕਹਿੰਦੇ ਆ, ਵਿਰੋਧੀ ਤਾਂ ਇਹ ਵੀ ਕਹਿੰਦੇ ਆ ਵੀ ਵਿਰੋਧੀਆਂ ਦੀ ਨੀਤੀ ਜਿਹੜੀ ਬਹੁਤ ਮਾੜੀ ਹਾਲਤ ਆ, ਅਤੇ ਫਿਰ ਇਹ ਦਲਬੀਰ ਗੋਲਡੀ ਨੂੰ ਆਪਣੇ ਜ਼ਿਲ੍ਹੇ ਦੇ ਵਿੱਚ ਹੀ, ਜਿੱਥੇ ਕਹਿੰਦੇ ਸੀ ਨਾ ਵੀ ਪੰਜਾਬ ਦੀਆਂ ਇਲੈਕਸ਼ਨਾਂ ਮੇਰੇ ਚਿਹਰੇ ਨਾਲ ਲੜੀਆਂ ਜਾਣੀਆਂ, ਅਤੇ ਉੱਥੇ ਉਹ ਦਲਬੀਰ ਗੋਲਡੀ ਨੂੰ ਆਪਣੇ ਜ਼ਿਲ੍ਹੇ ਦੇ ਵਿੱਚ ਹੀ ਬਾਂਹ ਮਰੋੜ ਕੇ ਲੈ ਕੇ ਗਏ ਆ, ਅਤੇ ਫਿਰ ਤੁਸੀਂ ਇਹਨਾਂ ਤੋਂ ਦੇਖ ਸਕਦੇ ਇਹਨਾਂ ਦੀ ਅੰਦਰਲੀ ਘਬਰਾਹਟ ਜਿਹੜੀ ਆ ਇਹ ਕਿਹੋ ਜਿਹੀ ਹੈ। ਠੀਕ ਹੈ, ਬਹੁਤ ਧੰਨਵਾਦ। ਤਾਂ ਸਾਡੇ ਨਾਲ ਪ੍ਰਗਟ ਸਿੰਘ ਮੌਜੂਦ ਸੀਗੇ, ਔਰ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਗਟ ਸਿੰਘ ਕਹਿੰਦੇ ਨੇ ਕਿ 4 ਨੂੰ ਨਤੀਜੇ ਆਉਣੇ ਨੇ, ਉਦੋਂ ਸਥਿਤੀ ਜਿਹੜੀ ਉਹ ਸਾਫ਼ ਹੋ ਜਾਣੀ ਹੈ। ਕੈਮਰਾਮੈਨ ਨਮੇਸ਼ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ, ਪੰਜਾਬ।